ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਰਬ ਕ੍ਰੇਸ਼ਨ YouTube ਚੈਨਲ ਤੇ ਅੱਜ ਮੈਂ ਤੁਹਾਡੇ ਲਈ ਬਹੁਤ ਹੀ ਸੋਹਣਾ ਡਿਜ਼ਾਈਨ ਲੈ ਕੇ ਆਈ ਹਾਂ ਇਸ ਦਿਨ ਇਸ ਨੂੰ ਆਪਾਂ ਚਾਹੇ ਤਾਂ ਬਾਰਡਰ ਤੇ ਬਣਾ ਸਕਦੇ ਹਾਂ ਇਸ ਡਿਜ਼ਾਈਨ ਨੂੰ ਉੱਪਰ ਆਪਣਾ ਇਸ ਤਰ੍ਹਾਂ ਬਾਰਡਰ ਬਣਾ ਕੇ ਨੀਚੇ ਉੱਪਰ ਆਪਣਾ ਕੋਈ ਹੋਰ ਡਿਜ਼ਾਈਨ ਬਣਾ ਸਕਦੇ ਹਾਂ ਤੇ ਜਾਂ ਆਪਾਂ ਸਾਰਾ ਹੀ ਇਹ ਡਿਜ਼ਾਈਨ ਜਿਹੜਾ ਪਾ ਸਕਦੇ ਹਾਂ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਆਪਣਾ ਕਿਸੇ ਪ੍ਰੋਜੈਕਟ ਤੇ ਆਪਾਂ ਇਸ ਨੂੰ ਪਾ ਸਕਦੇ ਹਾਂ ਲੇਡੀਜ਼ ਕਾਰਡੀਗਨ ਜੈਟ ਸਵੈਟਰ ਬੱਤੀਆਂ ਦੇ ਕਿਸੇ ਵੀ ਪ੍ਰੋਜੈਕਟ ਤੇ ਗਾਰਲੈਸ ਸਟੌਪ ਬੇਬੀ ਫਰੌਕ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਤੇ ਬਣਾਈ ਵਿੱਚ ਵੀ ਜਿਹੜਾ ਆਪਣਾ ਇਹ ਡਿਜ਼ਾਈਨ ਬਹੁਤ ਹੀ ਜ਼ਿਆਦਾ ਆਸਾਨ ਸਿਰਫ ਦੋ ਸਲਾਈਆਂ ਦਾ ਡਿਜ਼ਾਈਨ ਹੈ ਆਪਣਾ ਤੇ ਜਿਹੜੇ ਇਹਦੇ ਵਾਸਤੇ ਆਪਾਂ ਕੁੰਡੇ ਲੈਣੇ ਆ ਨੌ ਦੇ ਮਲਟੀਪਲ ਆਪਾਂ 5 ਕੁੰਡੇ ਵਾਧੂ ਲੈਣੇ ਆ ਜਿਵੇਂ ਨੌ ਕੁੰਡੇ 9 9 9 ਤੇ ਲਾਸਟ ਤੇ ਆਪਣੇ ਜਿਹੜਾ 5 ਕੁੰਡੇ ਹੋਣੇ ਚਾਹੀਦੇ ਆ ਵਾਧੂ ਉਲਟੇ ਪਾਸੇ ਤੋਂ ਜਿਹੜਾ ਆਪਣਾ ਡਿਜ਼ਾਈਨ ਇਸ ਤਰ੍ਹਾਂ ਦਿਖਾਈ ਦਿੰਦਾ ਹੈ ਜਿਹੜਾ ਆਪਣਾ ਇਹ ਡਿਜ਼ਾਈਨ ਉਲਟੀ ਸਾਈਡ ਤੋਂ ਸ਼ੁਰੂ ਹੁੰਦਾ ਹੈ ਕੁੰਡੇ ਪਾਉਣ ਤੋਂ ਬਾਅਦ ਆਪਾਂ ਇੱਕ ਸਲਾਈ ਸਿੱਧੇ ਪਾਸੇ ਤੋਂ ਉਲਟੀ ਬਣਾ ਲੈਣੀ ਫਿਰ ਉਲਟੇ ਪਾਸੇ ਤੋਂ ਆਪਣੀ ਪਹਿਲੀ ਸਲਾਈ ਡਿਜ਼ਾਈਨ ਦੀ ਆਪਾਂ ਸ਼ੁਰੂ ਕਰ ਲੈਣੀ ਹੈ ਪਹਿਲੀ ਸਲਾਈ ਆਪਣੇ ਡਿਜ਼ਾਈਨ ਦੀ ਇਸ ਤਰ੍ਹਾਂ ਸ਼ੁਰੂ ਹੋਊਗੀ ਉਲਟੇ ਪਾਸੇ ਤੋਂ ਇੱਕ ਕੁੰਡਾ ਆਪਣਾ ਉਲਟਾ ਫਿਰ ਅੱਗੇ ਆਪਾਂ ਤਿੰਨ ਕੁੰਡੇ ਉਲਟੇ ਬਣਾਉਣੇ 1 2 3 ਹੁਣ ਇੱਥੋਂ ਆਪਣਾ ਨਾ ਕੁੰਡਿਆਂ ਵਾਲਾ ਡਿਜ਼ਾਈਨ ਸ਼ੁਰੂ ਹੋਊਗਾ। ਉਹੀ ਨਾ ਨਾ ਕੁੰਡਿਆ ਪੈ ਸਲਾਈ ਤੇ ਬਾਰ ਬਾਰ ਰਿਪੀਟ ਕਰਦੇ ਜਾਣਾ। ਪਹਿਲਾਂ ਆਪਾਂ ਇਸ ਤਰ੍ਹਾਂ ਕੁੰਡੇ ਵਿੱਚ ਦੀ ਸਲਾਈ ਕੱਢ ਕੇ ਇਸ ਤਰ੍ਹਾਂ ਦੋ ਵਰਤਾਂ ਗੱਲ ਲਪੇਟਣਾ 1 2 ਉਲਟਾ ਕੁੰਡਾ ਬਣਾ ਲੈਣਾ। ਫਿਰ ਆਪਣੀ ਚਾਰ ਕੁੰਡੇ ਉਲਟੇ ਸਿੰਪਲ 1 2 10 4 ਫਿਰ ਆਪਾਂ ਫਿਰ ਉਸੇ ਤਰ੍ਹਾਂ ਕੁੰਡੇ ਵਿੱਚ ਦੀ ਸਲਾਈ ਕੱਢ ਕੇ ਦੋ ਵਰਤਾਂ ਗੱਲ ਬੇੜਨੇ ਫਿਰ ਆਪਾਂ ਤਿੰਨ ਕੁੰਡੇ ਸਿੰਪਲ ਉਲਟੇ ਬਣਾਉਣੇ 1 2 10 ਇੱਕ ਵਾਰ ਮੈਂ ਫੇਰ ਤੁਹਾਨੂੰ ਦੁਬਾਰਾ ਦੱਸ ਦਿੰਨੀ ਆ ਪਹਿਲਾਂ ਆਪਾਂ ਇੱਕ ਕੁੰਡਾ ਉਲਟਾ ਬਣਾਇਆ ਫਿਰ ਤਿੰਨ ਕੁੰਡੇ ਹੋਰ ਉਲਟੇ ਬਣਾਈ ਫਿਰ ਆਪਣਾ ਹੁਣ ਇਥੋਂ ਨਾ ਕੁੰਡਿਆਂ ਦਾ ਡਿਜ਼ਾਈਨ ਸ਼ੁਰੂ ਹੋਇਆ ਪਹਿਲਾਂ ਆਪਾਂ ਇੱਕ ਕੁੰਡੇ ਵਿੱਚ ਦੀ ਸਲਾਈ ਕੱਢ ਕੇ ਦੋ ਵਰਤਾਂ ਗੱਲ ਪੇੜ ਕੇ ਇੱਕ ਕੁੰਡਾ ਬਣਾ ਲਿਆ ਉਲਟਾ ਫਿਰ ਚਾਰ ਕੁੰਡੇ ਸਿੰਪਲ ਉਲਟੇ ਪੰਜ ਹੋ ਗਏ ਆਪਣੇ ਇਹ ਫਿਰ ਛੇਮਾ ਕੁੰਡਾ ਫਿਰ ਆਪਾਂ ਉਸੇ ਤਰ੍ਹਾਂ ਕੁੰਡੇ ਵਿੱਚ ਦੀ ਸਲਾਈ ਕੱਢ ਕੇ ਦੋ ਵਾਰ ਤਾਗਲ ਪੇਟ ਕੇ ਬਣਾਇਆ ਫਿਰ ਤਿੰਨ ਕੁੰਡੇ ਆਪਾਂ ਸਿੰਪਲ ਉਲਟੇ ਇਹੇ ਨਾਲ ਕੁੰਡੇ ਆਪਾਂ ਦੁਬਾਰਾ ਫਿਰ ਰਿਪੀਟ ਕਰਾਂਗੇ ਉਸੇ ਤਰ੍ਹਾਂ ਕੁੰਡੇ ਵਿੱਚ ਦੀ ਸਲਾਈ ਕੱਢ ਕੇ ਇਸ ਤਰ੍ਹਾਂ ਦੋ ਵਾਰ ਤਾਗਲ ਪੇਟ ਕੇ ਉਲਟਾ ਕੁੰਡਾ ਬਣਾ ਲਿਆ ਫਿਰ ਚਾਰ ਕੁੰਡੇ ਉਲਟੇ 1 2 3 4 ਫੇਰ ਕੁੰਡੇ ਵਿੱਚ ਦੀ ਸਲਾਈ ਕੱਟ ਕੇ ਦੋ ਵਰਤਾ ਗੱਲ ਪੇਟ ਕੇ ਗੁੰਡਾ ਬਣਾਇਆ 10 ਕੁੰਡੇ ਉਲਟੇ 1 2 10 ਨਾ ਕੁੰਡੇ ਹੋ ਗਏ ਫੇਰ ਦੁਬਾਰਾ ਉਸੇ ਤਰ੍ਹਾਂ ਕੁੰਡੇ ਵਿੱਚ ਦੀ ਸਲਾਈ ਕੱਢ ਕੇ ਦੋ ਵਰਤਾ ਗੱਲ ਪੇਟ ਕੇ ਬਣਾਇਆ ਉਲਟਾ ਗੁੰਡਾ ਫੇਰ ਚਾਰ ਕੁੰਡੇ ਉਲਟੇ 1 2 10 4 ਇਹਰੋ ਸੇਤਰਾਂ ਕੁੰਡੇ ਵਿੱਚ ਦੀ ਸਿਲਾਈ ਕੱਢ ਕੇ ਦੋ ਵਾਰ ਤਾਗਲ ਪੇਟ ਕੇ ਬਣਾਇਆ ਫਿਰ ਆਪਾਂ ਤਿੰਨ ਕੁੰਡੇ ਜਿਹੜੇ ਉਲਟੇ ਬਣਾ ਲਾਂਗੇ ਇੱਕ ਦੋ ਤਿੰਨ ਨਾ ਕੁੰਡੇ ਹੋਗੇ ਫਿਰ ਦੁਬਾਰਾ ਡਿਜ਼ਾਈਨ ਰਿਪੀਟ ਉਸੇ ਤਰ੍ਹਾਂ ਕੁੰਡੇ ਵਿੱਚ ਦੀ ਸਿਲਾਈ ਕੱਢ ਕੇ ਦੋ ਵਾਰ ਤਾਗਲ ਪੇਟ ਕੇ ਉਲਟਾ ਗੁੰਡਾ ਬਣਾਇਆ ਚਾਰ ਕੁੰਡੇ ਫਿਰ ਸਿੰਪਲ ਉਲਟੇ ਫੇਰ ਕੁੰਡੇ ਵਿੱਚ ਦੀ ਸਲਾਈ ਕੱਢ ਕੇ ਦੋ ਵਰਤਾ ਗਲ ਪੇਟ ਕੇ ਬਣਾਇਆ 10 ਕੁੰਡੇ ਆਪਾਂ ਸਿੰਪਲ ਉਲਟੇ 1 2 3 ਲਾਸਟ ਵਾਲਾ ਕੁੰਡਾ ਆਪਣਾ ਉਲਟਾ ਇੱਕ ਸਲਾਈ ਆਪਣੀ ਡਿਜ਼ਾਈਨ ਦੀ ਕੰਪਲੀਟ ਹੋ ਗਈ ਦੂਸਰੀ ਸਲਾਈ ਸਿੱਧੇ ਪਾਸੇ ਤੋਂ ਇੱਕ ਕੁੰਡਾ ਪਹਿਲਾਂ ਆਪਾਂ ਸਿੱਧਾ ਬਣਾਉਣਾ ਇਸ ਤਰ੍ਹਾਂ ਫੇਰ ਇੱਕ ਕੁੰਡਾ ਛੱਡ ਕੇ ਆਪਾਂ ਕੁੰਡੇ ਦੇ ਪਿੱਛੇ ਨੂੰ ਇਸ ਤਰ੍ਹਾਂ ਸਲਾਈ ਕੱਢ ਕੇ ਥ੍ਰੈਡ ਪਿੱਛੇ ਕਰਕੇ ਇੱਕ ਆਪਾਂ ਇਸ ਤਰ੍ਹਾਂ ਬਣਾ ਲੈਣਾ ਕੁੰਡਾ ਹੁਣ ਆਪਾਂ ਥ੍ਰੈਡ ਅੱਗੇ ਕਰ ਲੈਣਾ ਇਸ ਤਰ੍ਹਾਂ ਫਿਰ ਜਿਹੜੇ ਇਹ ਤਿੰਨ ਕੁੰਡੇ ਆ ਪਿਛਲੀ ਸਾਈਡ ਤੋਂ ਇਸ ਤਰ੍ਹਾਂ ਤਿੰਨ ਕੁੰਡਿਆਂ ਦਾ ਇੱਕ ਬਣਾ ਦੇਣਾ ਇਸ ਤਰ੍ਹਾਂ ਕਰਕੇ ਫਿਰ ਹੁਣ ਜਿਹੜੇ ਆਪਣੇ ਅਗਲੇ ਤਿੰਨ ਕੁੰਡੇ ਜਿਹੜਾ ਆਪਣਾ ਇਹ ਕੁੰਡਾ ਹੈ ਥ੍ਰੈਡ ਲਪੇਟ ਕੇ ਬਣਾਇਆ ਸੀ ਇਸ ਤਰ੍ਹਾਂ ਆਪਾਂ ਵਾੜ ਉਤਾਰ ਲੈਣਾ ਇਹਨੂੰ ਆਪਾਂ ਟਵਿਸਟ ਕਰਨਾ ਪਹਿਲਾਂ ਇਹ ਤਿੰਨ ਕੁੰਡੇ ਟਵਿਸਟ ਕਰਨੀ ਐ ਇਹ ਕੁੰਡਾ ਆਪਾਂ ਪਿੱਛੇ ਲੈ ਜਾਣਾ ਇਹ ਦੋ ਕੁੰਡੇ ਅੱਗੇ ਲੈ ਕੇ ਆਉਣੇ ਐ ਇਸ ਤਰ੍ਹਾਂ ਕਰਕੇ ਅਗਲੀ ਸਾਈਡ ਤੋਂ ਇਹ ਕੁੰਡਾ ਆਪਾਂ ਪਿੱਛੇ ਲੈ ਜਾਣਾ ਤੇ ਉਹ ਕੁੰਡੇ ਆਪਾਂ ਜਿਹੜੇ ਪਿਛਲੇ ਦੋ ਕੁੰਡੇ ਐ ਇਹ ਆਪਾਂ ਅੱਗੇ ਲੈ ਆਉਣੇ ਐ ਇਸ ਤਰ੍ਹਾਂ ਇਹ ਪਿੱਛੇ ਲੈ ਜਾਣਾ ਫਿਰ ਆਪਾਂ ਤਿੰਨੇ ਕੁੰਡੇ ਸਿੱਧੇ ਬਣਾ ਦੇਣੇ ਐ ਇੱਕ ਦੋ ਤੀਸਰਾ ਕੁੰਡਾ ਆਪਾਂ ਪਿਛਲੀ ਸਾਈਡ ਤੋਂ ਇਸ ਤਰ੍ਹਾਂ ਸਿੱਧਾ ਬਣਾ ਦੇਣਾ ਫਿਰ ਹੁਣ ਆਪਾਂ ਇਹ ਤਿੰਨ ਕੁੰਡੇ ਟਵਿਸਟ ਕਰਨੇ ਇਹ ਵਾਲ ਵਾਲਾ ਕੁੰਡਾ ਆਪਾਂ ਅੱਗੇ ਲੈ ਆਉਣ ਇਹ ਦੋ ਕੁੰਡੇ ਪਿੱਛੇ ਲੈ ਜਾਣੇ ਪਹਿਲਾਂ ਆਪਾਂ ਇਹ ਸਲਾਈ ਤੇ ਕਰ ਲਾਂਗੇ ਇਸ ਤਰ੍ਹਾਂ ਹੁਣ ਆਪਾਂ ਇਹ ਦੋ ਕੁੰਡੇ ਆਪਣੇ ਪਿੱਛੇ ਜਾਵੜਨਗੇ ਇਹ ਕੁੰਡਾ ਅੱਗੇ ਆ ਜਾਊਗਾ ਇਸ ਤਰ੍ਹਾਂ ਇੱਕ ਕੁੰਡਾ ਹੁਣ ਆਪਾਂ ਪਿਛਲੀ ਸਾਈਡ ਤੋਂ ਇਸ ਤਰ੍ਹਾਂ ਬਣਾ ਲੈਨੇ। ਇੱਕ ਦੋ ਤਿੰਨ ਹੁਣ ਅੱਗੇ ਫੇਰ ਜਿਹੜੇ ਆਪਣੇ ਤਿੰਨ ਕੁੰਡੇ ਇੱਕ ਕੁੰਡਾ ਛੱਡ ਕੇ ਆਪਾਂ ਕੁੰਡਾ ਬਣਾਉਣਾ ਇਸ ਤਰ੍ਹਾਂ। ਕੁੰਡਾ ਲੂਜ ਰੱਖਣਾ ਥੋੜਾ ਜਿਹਾ। ਫੇਰ ਥ੍ਰੈੱਡ ਅੱਗੇ ਰੱਖਣਾ ਆਪਾਂ ਇਸ ਤਰ੍ਹਾਂ। ਜਿਹੜੇ ਇਹ ਤਿੰਨ ਕੁੰਡੇ ਆ ਪਿਛਲੀ ਸਾਈਡ ਤੋਂ ਆਪਾਂ කුඩක්නාද හි නන කුන්ඩයද අපන අඩ යැයින පෙර අප හනොසතරගේ කුන්ඩට වවැස්ට කරගේ පෙල ඒ තැනට වැස්්ට කරගේ පෙරේ ඒ තැනට වැට කර

ਵਾਲ ਵਾਲਾ ਕੁੰਡਾ ਜਿਹੜਾ ਹੁਣ ਇਹ ਤਿੰਨ ਕੁੰਡੇ ਟਵਿਸਟ ਜਿਹੜਾ ਇਹ ਕੁੰਡਾ ਹੀ ਆਪਣਾ ਅੱਗੇ ਆਜੂ ਇਹ ਦੋ ਕੁੰਡੇ ਪਿੱਛੇ ਜਾਣਗੇ ਇਸ ਤਰ੍ਹਾਂ ਇਹ ਕੁੰਡਾ ਅੱਗੇ ਆ ਗਿਆ ਇਹਨੂੰ ਆਪਾਂ ਵਾਲ ਵਾਲੇ ਕੁੰਡੇ ਨੂੰ ਪਿਛਲੀ ਸਾਈਡ ਤੋਂ ਬਣਾਈ ਕਰਦੇ ਹਾਂ ਇਸ ਤਰ੍ਹਾਂ ਦੂਸਰੇ ਕੁੰਡੇ ਅਗਲੀ ਸਾਈਡ ਤੋਂ ਨਾ ਕੁੰਡੇ ਹੋਗੇ ਫੇਰ ਅੱਗੇ ਉਸੇ ਤਰ੍ਹਾਂ ਇੱਕ ਕੁੰਡਾ ਛੱਡ ਕੇ

ਉਸੇ ਤਰ੍ਹਾਂ ਇਹ ਵਾਲ ਵਾਲਾ ਕੁੰਡਾ ਆਪਣਾ ਅੱਗੇ ਆ ਜੂਗਾ। ਇਹ ਦੋ ਕੁੰਡੇ ਆਪਣੇ ਪਿੱਛੇ ਹੀ ਜਾਣਗੇ। ਹੁਣ ਇਹ ਕੁੰਡਾ ਆਪਾਂ ਪਿਛਲੀ ਸਾਈਡ ਤੋਂ ਬਣਾ ਲੈਣਾ ਸਿੱਧਾ। ਦੋ ਕੁੰਡੇ ਆਪਾਂ ਅੱਗੇ ਤੋਂ ਬਣਾ ਲੈਨੇ ਆ ਇਸ ਤਰ੍ਹਾਂ। ਫੇਰ ਅੱਗੇ ਨਾਲ ਕੁੰਡਿਆਂ ਦਾ ਡਿਜ਼ਾਈਨ ਹੈ। ਇੱਕ ਕੁੰਡਾ ਛੱਡ ਕੇ ਉਸੇ ਤਰ੍ਹਾਂ ਕੁੰਡਾ ਬਣਾਇਆ, ਥ੍ਰੈਡ ਕੀਤਾ ਅੱਗੇ। ਤਿੰਨ ਕੁੰਡਿਆਂ ਦਾ ਆਪਾਂ ਪਿਛਲੀ ਸਾਈਡ ਤੋਂ ਇੱਕ ਕੁੰਡਾ ਬਣਾ ਲੈਣਾ।

ਵਾਲ ਵਾਲਾ ਕੁੰਡਾ ਅੱਗੇ ਆਊਗਾ ਇਹ ਗੁੰਡੇ ਆਪਣੇ ਪਿੱਛੇ ਜਾਣਗੇ ਇਹ ਪਿਛਲੀ ਸਾਈਡ ਤੋਂ ਸਿੱਧਾ ਬਣਾ ਦੇਣਾ ਇਹ ਦੋਨੇ ਅਗਲੀ ਸਾਈਡ ਤੋਂ ਇਸ ਤਰ੍ਹਾਂ ਫਿਰ ਆਪਾਂ ਉਸੇ ਤਰ੍ਹਾਂ ਇੱਕ ਕੁੰਡਾ ਛੱਡ ਕੇ ਲੂਜ਼ ਕੁੰਡਾ ਬਣਾਉਣਾ ਹੈ thread ਅੱਗੇ ਕਰਨੇ ਤਿੰਨ ਕੁੰਡਿਆਂ ਦਾ ਬਣਾ ਦੇਣਾ ਪਿਛਲੀ ਸਾਈਡ ਤੋਂ ਇੱਕ ਕੁੰਡਾ ਅਸਤਰ ਆਸਟ ਵਾਲਾ ਕੁੰਡਾ ਸਿੱਧਾ ਦੂਸਰੀ ਸਲਾਈ ਸਿੱਧੇ ਪਾਸੇ ਤੋਂ ਆਪਾਂ ਕੰਪਲੀਟ ਕਰ ਲਈ। ਇਹੀ ਦੋ ਸਲਾਈਆਂ ਆਪਾਂ ਜਦੋਂ बार-बार ਰਿਪੀਟ ਕਰਦੇ ਜਾਵਾਂਗੇ ਤਾਂ ਆਪਣਾ ਡਿਜ਼ਾਈਨ ਇਸ ਤਰ੍ਹਾਂ ਬਣਦਾ ਜਾਊਗਾ। ਹੁਣ ਫੇਰ ਆਪਾਂ ਉਲਟੇ ਪਾਸੇ ਤੋਂ ਪਹਿਲੀ ਸਲਾਈ ਡਿਜ਼ਾਈਨ ਦੀ ਸ਼ੁਰੂ ਕਰਨੀ ਉਸੇ ਤਰ੍ਹਾਂ। ਇੱਕ ਕੁੰਡਾ ਉਲਟਾ ਫਿਰ ਤਿੰਨ ਕੁੰਡੇ ਉਲਟੇ। ਫਿਰ ਚੌਥੇ ਕੁੰਡੇ ਤੋਂ ਆਪਣਾ ਇਹ ਤੋਂ ਡਿਜ਼ਾਈਨ ਸ਼ੁਰੂ ਹੋ ਜਾਂਦਾ ਹੈ। ਪੰਜਵੇਂ ਕੁੰਡੇ ਤੋਂ। ਚਾਰ ਕੁੰਡੇ ਪਹਿਲਾਂ ਉਲਟੀ ਆਖੇ। ਜਿਹੜਾ ਪੰਜਵਾਂ ਕੁੰਡਾ ਹੈ ਕੁੰਡੇ ਵਿੱਚ ਦੀ ਸਲਾਈ ਕੱਢ ਕੇ ਦੋ ਵਰਤਾਂ ਗੱਲ ਪੇਟ ਕੇ ਉਸੇ ਤਰ੍ਹਾਂ ਉਲਟਾ ਕੁੰਡਾ ਫਿਰ ਚਾਰ ਸਿੰਪਲ ਉਲਟੇ ਫਿਰ ਵਰਤਾਂ ਗੱਲ ਪੇਟ ਕੇ ਕੁੰਡਾ ਉਲਟਾ ਫਿਰ ਤਿੰਨ ਉਲਟੇ ਇਸ ਤਰ੍ਹਾਂ ਜਿਵੇਂ ਆਪਾਂ ਪਹਿਲੀ ਸਲਾਈ ਡਿਜ਼ਾਈਨ ਦੀ ਇੱਥੇ ਸ਼ੁਰੂ ਕੀਤੀ ਸੀ ਇਹ ਹੀ ਦੋ ਸਲਾਈਆਂ ਆਪਾਂ ਡਿਜ਼ਾਈਨ ਦੀਆਂ ਬਾਰ-ਬਾਰ ਰਿਪੀਟ ਕਰਦੇ ਜਾਵਾਂਗੇ ਤਾਂ ਬਹੁਤ ਹੀ ਸੋਹਣਾ ਡਿਜ਼ਾਈਨ ਬਣਦਾ ਜਾਂਦਾ ਤੁਸੀਂ ਚਾਹੇ ਤਾਂ ਇਸ ਨੂੰ ਬਾਰਡਰ ਤੇ ਪਾ ਲਓ ਚਾਹੇ ਸਾਰੇ ਪ੍ਰੋਜੈਕਟ ਤੇ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਮੈਂ ਜਿਹੜਾ ਇਹ ਡਿਜ਼ਾਈਨ 10 ਨੰਬਰ ਸਲਾਈਆਂ ਤੇ ਬਣਾਇਆ ਹੈ ਵਰਧਮਾ ਦੀ ਤੰਨ ਪਲਾਈ ਪਾਛਮ ਤੇ ਤੁਸੀਂ ਇਸ ਨੂੰ ਅ ਜਿਹੜੀਆਂ ਸਲਾਈਆਂ ਆਪਣੀ ਆਪਣੀ ਪਾਛਮ ਦੇ ਹਿਸਾਬ ਨਾਲ ਲੈ ਲੈਣੀਆਂ ਤੇ ਚਲੋ ਫਿਰ ਕਮੈਂਟ ਕਰਕੇ ਜਰੂਰ ਦੱਸਿਓ ਜੀ ਜਿਹੜਾ ਤੁਹਾਨੂੰ ਡਿਜ਼ਾਈਨ ਕਿਸ ਤਰ੍ਹਾਂ ਦਾ ਲੱਗਿਆ ਮੇਰੇ ਸਮਝਾਉਣ ਦਾ ਤਰੀਕਾ ਕਿਸ ਤਰ੍ਹਾਂ ਦਾ ਲੱਗਦਾ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਸਰਬ ਕ੍ਰिएशन YouTube ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਜਿਹੜੀ